ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਆਦاب ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ KVV Classes ਸਰਦੂਲਗੜ ਦੇ ਵਿੱਚ ਤੇ ਕਿ ਵੈਕੈਂਸੀਜ਼ ਦੇ ਬਾਰੇ ਅਪਡੇਟ ਆਈ ਹੈ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰ ਜਿਹੜੀ ਕਿ ਅਸਿਸਟੈਂਟ ਪ੍ਰੋਫੈਸਰ ਦੀ ਤੇ ਪ੍ਰਿੰਸੀਪਲ ਦੇ ਵੈਕੈਂਸੀਜ਼ ਨੇ ਹੋਈਆਂ ਹੋਈਆਂ ਨੇ ਤਾਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਜਿਹੜੀਆਂ ਵੈਕੈਂਸੀਜ਼ ਆਈਆਂ ਨੇ ਪ੍ਰਿੰਸੀਪਲ ਅਤੇ ਅਸਿਸਟੈਂਟ ਪ੍ਰੋਫੈਸਰ ਦੀਆਂ ਜਿਹੜੀਆਂ ਵੈਕੈਂਸੀਜ਼ ਨੇ ਜੇਕਰ ਆਪਾਂ ਪ੍ਰਿੰਸੀਪਲ ਦੀ ਗੱਲ ਕਰੀਏ ਤਾਂ 6 ਪ੍ਰਿੰਸੀਪਲ ਦੀ ਤੇ 133 ਜਿਹੜੇ ਅਸਿਸਟੈਂਟ ਪ੍ਰੋਫੈਸਰਜ਼ ਦੀ ਜਿਹੜੀ ਵੈਕੈਂਸੀਜ਼ ਹੈ ਆਈ ਹੋਈ ਹੈ ਜੀ ਇਹਦੇ ਵਿੱਚ ਜਿਹੜਾ ਸਕੇਲ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਜਿਹੜਾ ਸਕੇਲ ਹੈ ਜੀ ਉਹ 3700 ਤੋਂ 67000 ਪਲੱਸ 10000 ਏਜ਼ੀਪੀ ਜਿਹੜਾ ਹੈਗਾ ਉਹ ਵੀ ਹੈ ਬਾਕੀ ਚਲੋ ਸਕੇਲ ਬਾਰੇ ਤੁਹਾਨੂੰ ਥੋੜੀ ਜੀ ਜ਼ਿਆਦਾ ਅਪਡੇਟ ਆਲਰੇਡੀ ਪਹਿਲਾਂ ਹੀ ਹੋ ਗਈ ਇਹ ਪੱਕੀ ਅਸਾਮੀਆਂ ਤਾਂ ਬਿਲਕੁਲ ਜੀ ਇਹ ਪੱਕੀ ਅਸਾਮੀਆਂ ਹੈ ਤਾ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਇਹਦੇ ਡਾਕੂਮੈਂਟ ਵਗੈਰਾ ਇਹ ਹੈ ਜਾਂ ਜਿਹੜੀ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਠੀਕ ਹੈ ਜੀ ਤਾਂ ਉਹ ਤੁਹਾਨੂੰ ਪਤਾ ਹੈ ਜੀ NET ਵਗੈਰਾ ਕੁਆਲੀਫਾਈਡ ਹੋਣਾ ਚਾਹੀਦਾ ਜਾਂ PhD ਬੰਦਾ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਆਪਾਂ ਜੇਕਰ ਵੈਕੈਂਸੀਜ਼ ਦੀ ਗੱਲ ਡਿਟੇਲ ਦੇ ਵਿੱਚ ਕਰ ਲਈਏ ਕਿਹੜੇ ਸਬਜੈਕਟ ਦੇ ਕਿੰਨੇ-ਕਿੰਨੇ ਵੈਕੈਂਸੀਜ਼ ਹੈ ਤਾਂ ਪ੍ਰਿੰਸੀਪਲ ਦੀ ਤੁਹਾਨੂੰ ਦੱਸਦਾ ਜੀ ਟੋਟਲ ਵੈਕੈਂਸੀਜ਼ ਜਿਹੜੀਆਂ 6 ਨੇ ਕਿਹੜੀ ਕੈਟਾਗਰੀ ਦੀ ਕਿੰਨੀਆਂ-ਕਿੰਨੀਆਂ ਵੈਕੈਂਸੀਜ਼ ਨੇ ਉਹ ਵੀ ਤੁਸੀਂ ਇੱਥੇ ਡਿਟੇਲ ਦੇ ਵਿੱਚ ਚੈੱਕ ਕਰ ਸਕਦੇ ਹੋ ਤਾਂ ਕਿਹੜੇ-ਕਿਹੜੇ ਪ੍ਰੋਫੈਸਰ ਜਿਹੜ ਕੈਮਿਸਟਰੀ ਤੋਂ ਬਾਅਦ ਕਮਰਸ ਆ ਗਿਆ ਤਾਂ ਕਿੰਨੇ-ਕਿੰਨੇ ਇਹਨਾਂ ਦੀ ਗਿਣਤੀ ਹੈ ਉਹ ਵੀ ਤੁਸੀਂ ਇਹਨਾਂ ਦੇ ਸਾਹਮਣੇ ਦੇਖ ਸਕਦੇ ਹੋ ਕਿੰਨੇ-ਕਿੰਨੇ ਨੇ ਇਹਦੀ ਗਿਣਤੀ ਹੈ ਜਿਹੜੀ ਕੰਪਿਊਟਰ ਸਾਇੰਸ ਹੈ ਉਹ ਵੀ ਆ ਗਿਆ ਜੀ ਇਕਨੋਮਿਕਸ ਆ ਗਿਆ ਇੰਗਲਿਸ਼ ਆ ਗਿਆ ਫੈਸ਼ਨ ਡਿਜ਼ਾਈਨਿੰਗ ਆ ਗਿਆ ਹਿੰਦੀ ਆ ਗਿਆ ਹਿਸਟਰੀ ਆ ਗਿਆ ਜਰਨਲਿਜ਼ਮ ਆ ਗਿਆ ਮੈਥਮੈਟਿਕਸ ਆ ਗਿਆ 뮤ਜ਼ਿਕ ਆ ਗਿਆ ਫਿਜ਼ੀਕਲ ਐਜੂਕੇਸ਼ਨ ਆ ਗਿਆ ਉਸ ਤੋਂ ਬਾਅਦ ਫਿਜ਼ਿਕਸ ਆ ਗਿਆ ਪੋਲੀਟੀਕਲ ਸਾਇੰਸ ਆ ਗਿਆ ਪਬਲਿਕ ਐਡਮਿਨਿਸਟ੍ਰੇਸ਼ਨਸ ਆ ਗਿਆ ਉਸ ਤੋਂ ਬਾਅਦ ਪੰਜਾਬੀ ਆ ਗਿਆ ਰਿਲੀਜੀਅਸ ਸਟੱਡੀਜ਼ ਆ ਗਿਆ ਸੋਸ਼ੀਓਲੋਜੀ ਤੇ ਜ਼ੂਲੋਜੀ ਇਹ ਸਾਰੀਆਂ ਤਾਂ ਸਾਰੀਆਂ ਜਿਹੜੀਆਂ ਵੈਕੈਂਸੀਜ਼ ਨੇ ਆ ਫਿਰ ਜਿਹੜਾ ਹੈ ਪੰਜਾਬ ਗਵਰਨਮੈਂਟ ਨੇ ਹੁਣ ਜਿਹੜਾ ਅੱਜ ਨੋਟੀਫਿਕੇਸ਼ਨ ਉਹ ਜਾਰੀ ਕੀਤਾ ਹੈ ਤਾਂ ਇਹਦੇ ਵਿੱਚ ਉਹੀ ਗੱਲ ਬਾਕੀ ਜਿਹੜੀ 33% ਜਿਹੜੀ ਰਿਜ਼ਰਵੇਸ਼ਨ ਹੈ ਮਹਿਲਾਵਾਂ ਦੀ ਉਹ ਵੀ ਜਿਵੇਂ ਪੰਜਾਬ ਗਵਰਨਮੈਂਟ ਆਲਰੇਡੀ ਪਹਿਲਾਂ ਅਨਾਉਂਸ ਕਰ ਚੁੱਕੀ ਹੈ ਉਹ ਵੀ ਇਸ ਦੇ ਵਿੱਚ ਹੈਗੀ ਹੈ ਜੀ ਆ ਫੀਸ ਕ੍ਰਾਈਟੇਰੀਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਐਸਸੀ ਬੀਸੀ ਵਾਸਤੇ ਕੀ ਕੁਝ ਹੈ ਤੇ ਜਨਰਲ ਵਾਸਤੇ ਕੀ ਕੁਝ ਹੈ ਤਾ 1500 ਰੁਪਏ ਤੁਸੀਂ ਦੇਖ ਸਕਦੇ ਹੋ ਬਾਕੀ ਕੈਟਾਗਰੀਜ਼ ਵਾਈਜ਼ ਹੈ ਜਿਹੜਾ ਉਹ ਘੱਟ ਵੀ ਹੈ ਜੀ ਇਸ ਦੇ ਵਿੱਚ BC ਵਗੈਰਾ ਹੈ SC ਵਗੈਰਾ ਹੈ ਜਾਂ X ਸਰਵਿਸ ਮੈਂ ਦਾ ਉਹਨਾਂ ਨੂੰ ਥੋੜੀ ਜਿਹੀ ਅਨਜਪਸ਼ਨ ਤੁਹਾਨੂੰ ਪਤਾ ਹੈ ਆਲਰੇਡੀ ਪਹਿਲਾਂ ਜਿਹੜੀ ਮਿਲਦੀ ਹੈ ਉਹ ਮਿਲਦੀ ਹੈ ਤੇ ਜੇ ਨੋਟੀਫਿਕੇਸ਼ਨ ਤੁਸੀਂ ਦੇਖਣਾ ਤਾਂ ਤੁਹਾਨੂੰ ਇਸ ਦੀ ਜਿਹੜੀ PDF ਹੈ ਉਹ ਸਾਡੀ ਵੈਬਸਾਈਟ ਤੇ ਉਹ ਸੌਰੀ ਜਿਹੜਾ ਡਿਸਕ੍ਰਿਪਸ਼ਨ ਬਾਕਸ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦੇ ਵਿੱਚ ਤੁਹਾਨੂੰ ਇਹਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਹਦਾ ਲਿੰਕ ਜਿਹੜਾ ਹੈ PDF ਦਾ ਉਹ ਮਿਲ ਜੇਗਾ ਜਿੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਓਕੇ ਜੀ ਥੈਂਕ ਯੂ ਗੁੱਡ ਬਾਏ ਟੇਕ ਕੇਅਰ